वैसे जिहड़ियां वीरान ते सुन्नियां थावां पंजाब दे विच नशेड़ियां दा अड्डा ही हुंदियां ते पर इत्थे गुरदासपुर वाले हलके दे विच नशे वाला दौर हजे इन्ना मेरे हिसाब नाल नहीं हैगा। दोस्तों ये धरती सब दी सांझी है जी, इत्थे सब कुदरत दे जीव बराबर दे हकदार ने ते जिहड़े वातावरण प्रेमी हुंदे आ ਉਹ ਹਮੇਸ਼ਾ ਚਾਹੁੰਦੇ ਆ ਵੀ ਜਿਹੜੇ ਪੰਛੀ ਆ ਪੇੜ ਆ ਪੌਦੇ ਆ ਆਪਾਂ ਇਹਨਾਂ ਦਾ ਹਿੱਸਾ ਨਾ ਖਾਈਏ ਤੇ ਬੜੀ ਖੁਸ਼ੀ ਹੁੰਦੀ ਆ ਜਦੋਂ ਇਹੋ ਜਿਹੇ ਥਾਂ ਵੇਖਦੇ ਹਾਂ ਜਿੱਥੇ ਇਹਨਾਂ ਦੀ ਚਹਿਲ ਵਹਿਲ ਇਹਨਾਂ ਦੀਆਂ ਲਾਈਆਂ ਹੋਈਆਂ ਰੌਣਕਾਂ ਹੁੰਦੀਆਂ ਨੇ ਅਤੇ ਇਹੋ ਜਿਹਾ ਇੱਕ ਉਪਰਾਲਾ ਕਰਕੇ ਆਪਾਂ ਅੱਜ ਜ਼ਿਲ੍ਹਾ ਗੁਰਦਾਸਪੁਰ ਸ਼ਹਿਰ ਤੋਂ 5-6 ਕਿਲੋਮੀਟਰ ਅੱਗੇ ਆ ਕੇ ਅਤੇ ਆਪਾਂ ਇੱਥੇ ਬਰਡ ਸੈਂਚਰੀ ਹੈ ਇੱਕ ਕੇਸ਼ਵਪੁਰ ਦੇ ਵਿੱਚ ਆਪਾਂ ਉੱਥੇ ਪਹੁੰਚੇ ਹਾਂ ਅਤੇ ਆਪਾਂ ਉਹ ਸਾਰੀ ਚੀਜ਼ ਦੇਖਦੇ ਹਾਂ ਨਾਲੇ ਗੱਲਬਾਤ ਕਰਦੇ ਹਾਂ ਆ ਜਾਓ ਜੀ। ਇਹ ਆ ਜੀ ਸਾਰਾ ਇਹ ਏਰੀਆ ਜਿੱਥੇ ਆਪਾਂ ਆਏ ਹਾਂ ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਇੱਥੋਂ ਦੀ ਸੁੰਦਰਤਾ ਇੱਥੋਂ ਦੀ ਮਨਮੋਹਕ ਇੱਕ ਝਲਕ ਆ ਜਾਓ ਮੇਰੇ ਵੀਰੋ। ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਈ, ਪਾਣੀ ਤੋਂ ਬਿਨਾਂ ਜੀਵਨ ਆ ਜਿਹੜਾ ਸੰਭਵ ਨਹੀਂ ਹੈਗਾ ਅਤੇ ਸੈਂਚਰੀ ਜਿੱਥੇ ਵੀ ਹੋਊਗੀ ਉੱਥੇ ਇੱਕ ਪਾਣੀ ਦਾ ਇੱਕ ਸਰੋਤ ਹੋਣਾ ਜ਼ਰੂਰੀ ਆ, ਚਾਹੇ ਉਹ ਇੱਕ ਛੋਟੀ ਜਿਹੀ ਛੱਪੜੀ ਹੋਵੇ ਚਾਹੇ ਕੋਈ ਉਹ ਦਰਿਆ ਦਾ ਰੁਕਿਆ ਹੋਇਆ ਪਾਣੀ ਹੋਵੇ ਕਿਸੇ ਵੀ ਤਰ੍ਹਾਂ ਦਾ, ਅਤੇ ਇੱਥੇ ਵੀ ਇੱਕ ਪਾਣੀ ਦਾ ਸਰੋਤ ਹੈ। ਆ ਦੇਖੋ ਸਾਹਮਣੇ ਇਹ ਜਿਹੜੇ ਇੱਥੇ ਬਰਡਸ ਆਉਂਦੇ ਆ ਉਹਨਾਂ ਬਾਰੇ ਥੋੜ੍ਹੀ ਜਿਹੀ ਇਨਫੋਰਮੇਸ਼ਨ ਦਿੱਤੀ ਹੋਈ ਹੈ, ਇਹ ਜੋ ਜਾਣਕਾਰ ਆ ਅਤੇ ਉਹਨਾਂ ਨੂੰ ਪਤਾ ਹੁੰਦਾ ਇਹਨਾਂ ਦੀਆਂ ਕਿਸਮਾਂ ਦਾ। ਆ ਦੇਖੋ ਤੁਸੀਂ ਆਪਾਂ ਨੇੜੇ ਹੋ ਕੇ ਵੀ ਵੇਖ ਲੈਂਦੇ ਹਾਂ। ਸਾਥੀਓ ਕਈ ਵਾਰੀ ਕੀ ਹੁੰਦਾ ਆਪਾਂ ਕੋਈ ਵੀਡੀਓ ਅਪਲੋਡ ਕਰਦੇ ਹਾਂ ਅਤੇ ਉਹ ਵੀਡੀਓ ਦੇ ਵਿੱਚ ਬਾਅਦ 'ਚੋਂ ਦੇਖਣ ਤੋਂ ਬਾਅਦ ਜੋ ਆਪਣੇ ਤੋਂ ਕਮੈਂਟ ਕਰਕੇ ਸਵਾਲ ਪੁੱਛੇ ਜਾਂਦੇ ਆ ਵੀ ਤੁਸੀਂ ਇਹਦੇ ਬਾਰੇ ਨਹੀਂ ਦੱਸਿਆ, ਆਹ ਚੀਜ਼ ਰਹਿ ਗਈ, ਆਹ ਨਹੀਂ ਕਰ ਪਾਏ, ਉਹਦਾ ਰੀਜ਼ਨ ਇਹ ਹੁੰਦਾ ਕਿਉਂਕਿ ਕਈ ਵਾਰੀ ਜਦੋਂ ਆਪਾਂ ਸ਼ੂਟ ਕਰਦੇ ਹਾਂ ਅਸੀਂ ਸਾਨੂੰ ਉਹ ਜਗ੍ਹਾ ਦਾ ਜੋ ਰੂਲ ਐਂਡ ਰੈਗੂਲੇਸ਼ਨਸ ਆ ਸਾਨੂੰ ਫੋਲੋ ਕਰਨੇ ਪੈਂਦੇ ਨੇ ਅਤੇ ਵੋਇਸ ਓਵਰ ਕਰਕੇ ਫਿਰ ਉਹ ਗੱਲ ਸਾਡੇ ਤੋਂ ਨਹੀਂ ਮੌਕੇ 'ਤੇ ਕਿਹੜੀ ਯਾਦ ਰਹਿੰਦੀ ਦੱਸਣੀ ਅਤੇ ਪਰ ਫਿਰ ਵੀ ਜੇ ਕੋਈ ਬੰਦੇ ਦਾ ਕੋਈ ਕੁਸ਼ਚਨ ਹੁੰਦਾ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹਦਾ ਜਵਾਬ ਦੇ ਕੇ ਕਿਸੇ ਵੀ ਤਰੀਕੇ ਨਾਲ ਆਪਣੇ ਸਬਸਕ੍ਰਾਈਬਰ ਦੀ ਸੈਟਿਸਫੈਕਸ਼ਨ ਕਰਾਈ ਜਾਵੇ ਕਿਉਂਕਿ ਇਹ ਵੀਡੀਓ ਅਪਲੋਡ ਹੀ ਆਪਾਂ ਤਾਂ ਕਰਦੇ ਹਾਂ ਕਿ ਬਹੁਤ ਵੀਰ ਭੈਣ ਭਰਾ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੋਂ ਆਇਆ ਨਹੀਂ ਜਾਂਦਾ ਪਰ ਇਹ ਵੀਡੀਓਜ਼ ਦੇ ਰਾਹੀਂ ਉਹ ਆਪਣਾ ਜੋ ਇੱਕ ਕਹਿ ਲਓ ਵੀ ਝਲਕ ਆਪਣੇ ਜੀਵਨ ਦੇ ਵਿੱਚ ਘੁੰਮਣ ਫਿਰਨ ਵਾਲੀ ਹੈ ਪੂਰੀ ਕਰ ਲੈਂਦੇ ਆ। ਮੈਂ ਵੀ ਖੁਦ ਕਿਸੇ ਸਮੇਂ ਬਹੁਤ ਥਾਵਾਂ ਇਹੋ ਜਿਹੀਆਂ ਸੀਗੀਆਂ ਜਿਹੜੀਆਂ ਜਿੱਦ ਮੈਨੂੰ ਲੱਗਦਾ ਸੀ ਮੈਂ ਕਦੇ ਨਹੀਂ ਜਾ ਪਾਊਂਗਾ ਅਤੇ ਮੈਂ ਇਹ ਵੀਡੀਓ ਵਲੌਗਸ ਵੇਖ ਕੇ ਅਤੇ ਮੈਨੂੰ ਪ੍ਰਸੰਨਤਾ ਹੁੰਦੀ ਸੀ, ਮੈਨੂੰ ਖੁਸ਼ੀ ਹੁੰਦੀ ਸੀ। ਚਲੋ ਅੱਜ ਇਹੋ ਜਿਹੇ ਸਬੱਬ ਬਣੇ ਆ ਆਪਾਂ ਵਿਜ਼ਿਟ ਕਰ ਪਾ ਰਹੇ ਹਾਂ, ਦੇਖ ਪਾ ਰਹੇ ਹਾਂ ਉਹਨਾਂ ਸਾਰੀਆਂ ਚੀਜ਼ਾਂ ਨੂੰ। ਮਨੁੱਖੜੇ ਕਹਿੰਦੇ ਆ ਜੀ ਬਹੁਤ ਸਾਰੇ ਜੰਗਲ ਆ ਜਿਹੜੇ ਉਹਨਾਂ 'ਚ ਮੰਗਲ ਕੀਤਾ ਅਤੇ ਆਪਣੀ ਤਰੱਕੀ ਕੀਤੀ ਆ, ਪਰ ਅੱਜ ਦਾ ਭੀੜ ਭੜੱਕੇ ਦਾ ਸਮਾਂ ਇਹੋ ਜਿਹਾ ਆ ਗਿਆ ਵਾ ਵੀ ਲੋਕ ਹੁਣ ਉਹ ਜੰਗਲਾਂ ਨੂੰ ਉਹ ਇਕਾਂਤ ਨੂੰ ਤਲਾਸ਼ਦੇ ਫਿਰਦੇ ਨੇ ਅਤੇ ਜਦੋਂ ਵੀ ਕਿਤੇ ਇਹੋ ਜਿਹੀ ਆਪਾਂ ਥਾਂ 'ਤੇ ਆਉਂਦੇ ਹਾਂ ਜਿੱਥੇ ਇਹੋ ਜਿਹਾ ਅਹਿਸਾਸ ਹੁੰਦੇ ਆ ਵੀ ਕੁਦਰਤ ਆ ਜਿਹੜੀ ਇੱਥੇ ਵੱਧ ਵੱਸਦੀ ਆ, ਤਾਂ ਉਹ ਆਪਾਂ ਅਹਿਸਾਸਾਂ ਦਾ ਕਹਿ ਲਓ ਵੀ ਇੱਕ ਰਿਣੀ ਹੁੰਦੇ ਆ ਉਹਨਾਂ ਅਹਿਸਾਸਾਂ ਲਈ ਵੀ ਆਪਣੇ ਸਮਾਜ ਦੇ ਵਿੱਚ ਕੁਛ ਇਹੋ ਜਿਹੀਆਂ ਥਾਵਾਂ ਬਚੀਆਂ ਹੋਈਆਂ ਵਾ ਜਿਹੜੀਆਂ ਉਸ ਭੀੜ ਭੜੱਕੇ ਤੋਂ ਮੁਕਤ ਨੇ। ਆਪਣੇ ਹਿੰਮਤੀ ਵੀਰ ਜਤਿੰਦਰ ਬਾਈ ਹੋਣੀ ਉੱਤੇ ਚੜ੍ਹ ਗਏ ਨੇ ਕਿਉਂਕਿ ਇਹ ਹੌਲੇ ਨੇ ਸਰੀਰ ਦੇ ਅਤੇ ਆਪਾਂ ਪਿੱਛੇ ਪਿੱਛੇ ਥੋੜ੍ਹੀ ਟੁੱਟ ਭੱਜ ਹੋਈ ਵੀ ਹੈ ਜਗ੍ਹਾ ਦੀ, ਲੱਗਦਾ ਮੀਂਹ ਕਾਫੀ ਪਿਆ ਹੋਇਆ ਇੱਥੇ, ਅੰਦਰ ਵੀ ਪਾਣੀ ਪੂਣੀ ਖੜਾ ਹੋਇਆ ਕਾਫੀ। ਦੇਖੋ ਆਓ ਉੱਤੇ ਜਾ ਕੇ ਦੇਖਦੇ ਹਾਂ। ਕਿਵੇਂ ਲੱਗੀ ਬਾਈ ਜਤਿੰਦਰ ਜਗ੍ਹਾ ਦਾ ਔਰਾ ਕਿਵੇਂ ਆ? ਠੀਕ ਲੱਗ ਰਿਹਾ ਨਾ? ਆਹ ਦੇਖੋ ਜੀ ਇਸ ਸਮੇਂ ਆਪਾਂ ਉੱਪਰ ਆ ਗਏ ਹਾਂ ਪੂਰਾ।
ਸਾਥੀਓ ਸਾਡਾ ਸ਼ਾਇਦ ਐਡਾ ਹਜੇ ਕਿਰਦਾਰ ਨਹੀਂ ਹੈਗਾ ਕਿ ਆਪਾਂ ਕੋਈ ਸੋਸ਼ਲ ਮੈਸੇਜ ਦੇ ਸਕੀਏ, ਅਤੇ ਪਰ ਜੋ ਸਾਡੇ ਕੋਲ ਸੂਝ ਸਮਝ ਆ ਅਤੇ ਜੋ ਅਸੀਂ ਦੇਖਦੇ ਹਾਂ ਉਹਦੇ ਮੁਤਾਬਕ ਜਦੋਂ ਵੀ ਇਹੋ ਜਿਹੀ ਥਾਂ ਕੋਈ ਦੇਖਦੇ ਹਾਂ ਨਾ, ਦਿਲ ਨੂੰ ਬਹੁਤ ਸਕੂਨ ਮਿਲਦਾ। ਆਪਾਂ ਨੂੰ ਲੋੜ ਆ ਆਪਾਂ ਪ੍ਰਜ਼ਰਵ ਕਰੀਏ, ਜੇ ਕੋਈ ਆਪਣੇ ਆਲੇ ਦੁਆਲੇ ਕੋਈ ਜਿੱਥੇ ਕੁਦਰਤ ਇੰਨੀ ਵਧੀ ਫੁੱਲੀ ਹੋਈ ਆ ਵੀ ਉਹਨੂੰ ਆਪਾਂ ਆਪਣੇ ਛੋਟੇ ਜਿਹੇ ਲਾਲਚ ਲਈ ਕਿਸੇ ਵੀ ਤਰ੍ਹਾਂ ਦੀ ਹਾਨੀ ਨਾ ਪਹੁੰਚਾਈਏ। ਇਹ ਆਪਣੇ ਲਈ ਇੱਕ ਬਹੁਤ ਜ਼ਰੂਰੀ ਅਤੇ ਆਪਣੇ ਬੱਚਿਆਂ ਦੇ ਲਈ ਆਉਣ ਵਾਲਿਆਂ ਲਈ ਬਹੁਤ ਮਹੱਤਵਪੂਰਨ ਚੀਜ਼ ਹੈ, ਅਤੇ ਇਹਦਾ ਆਪਾਂ ਜੇ ਨਾਸ਼ ਕਰਦੇ ਹਾਂ ਤਾਂ ਉਹਦੀ ਪੂਰਤੀ ਨਹੀਂ ਹੁੰਦੀ। ਉਹ ਜਿਵੇਂ ਜਿਵੇਂ ਲੋਕ ਜਾਣੂ ਹੁੰਦੇ ਆ ਕਿਸੇ ਥਾਂ ਤੋਂ, ਉਵੇਂ ਉਵੇਂ ਦੇਖਣ ਦੇ ਲਾਲਸਾ ਉਹਨਾਂ ਅੰਦਰ ਉਵੇਂ ਵੱਧਦੀ ਆ ਅਤੇ ਆਉਂਦੇ ਨੇ ਲੋਕ। ਅਤੇ ਆਪਾਂ ਵੀ ਜਿਵੇਂ ਜਾਣੂ ਹੋਏ ਅਤੇ ਆਪਾਂ ਤੁਰੰਤ ਇਸ ਜਗ੍ਹਾ ਦੇ ਉੱਤੇ ਆਏ ਹਾਂ। ਜਿੱਥੇ ਚਾਹ ਉੱਥੇ ਰਾਹ, ਸਿਆਣ ਦੀ ਕਹਾਵਤ ਆ। ਅਤੇ ਘੁੰਮਣ ਫਿਰਨ ਵਾਲੇ ਜਿਹੜੇ ਹੁੰਦੇ ਆ ਘੁਮੱਕੜ, ਉਹਨਾਂ ਦੀ ਜਿਹੜੀ ਖੁਆਇਸ਼ ਹੁੰਦੀ ਆ ਵੀ ਅਸੀਂ ਵੱਧ ਤੋਂ ਵੱਧ ਐਕਸਪਲੋਰ ਕਰੀਏ, ਧਰਤੀ ਨੂੰ ਵੱਧ ਤੋਂ ਵੱਧ ਜਾਣੀਏ। ਅਤੇ ਆਪਾਂ ਇਸੇ ਸਿਲਸਿਲੇ ਦੇ ਵਿੱਚ ਅੱਜ ਇਸ ਜਗ੍ਹਾ ਦੇ ਉੱਤੇ ਖੜ੍ਹੇ ਹਾਂ। ਅਤੇ ਮੈਨੂੰ ਇਸ ਜਗ੍ਹਾ ਦੇ ਸੰਬੰਧ ਦੇ ਵਿੱਚ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਆ ਵੀ ਆਪਾਂ ਜਿਵੇਂ ਪੰਜਾਬ ਦੇ ਵਿੱਚ ਇੱਕ ਇਹੋ ਜਿਹੀ ਥਾਂ ਮੌਜੂਦ ਆ ਜਿੱਥੇ ਆਪਾਂ ਨੂੰ ਕੁਦਰਤ ਇੰਨੇ ਭਰਪੂਰ ਤਰੀਕੇ ਨਾਲ ਮਿਲ ਰਹੀ ਸੀ। ਲਓ ਵੀ ਆਪਾਂ ਜਿੰਨਾ ਕਵਰ ਕਰ ਸਕਦੇ ਸੀ ਇਸ ਜਗ੍ਹਾ ਦੇ ਉੱਤੇ ਆਪਾਂ ਕੀਤਾ ਹੈ, ਅਤੇ ਇਹਦਾ ਆਪਾਂ ਐਂਡ 'ਤੇ ਇੱਕ ਸਿੱਟਾ ਕੱਢਦੇ ਹਾਂ। ਇਹ ਜਗ੍ਹਾ 'ਤੇ ਆਉਣਾ ਫਲਦਾਰ ਹੈ, ਕੋਈ ਆਪਾਂ ਇਹ ਨਹੀਂ ਕਹਿ ਸਕਦੇ ਵੀ ਟਾਈਮ ਦੀ ਖਰਾਬੀ ਹੈ। ਵਾਤਾਵਰਨ ਪ੍ਰੇਮੀ ਇਹ ਚੀਜ਼ ਨੂੰ ਸਮਝਦੇ ਹੁੰਦੇ ਆ, ਪੀਸ ਆਫ ਮਾਇੰਡ ਲਈ ਬਹੁਤ ਵਧੀਆ। ਅਸੀਂ ਇੱਥੇ ਤਕਰੀਬਨ ਇੱਕ ਘੰਟਾ ਸਪੈਂਡ ਕਰ ਚੱਲੇ ਹਾਂ ਅਤੇ ਕਾਫੀ ਵਧੀਆ ਲੱਗਿਆ ਇੱਥੋਂ ਦਾ ਔਰਾ ਜਗ੍ਹਾ ਦਾ। ਅਤੇ ਬਾਕੀ ਹੋਣੀ ਬਾਈ ਜਤਿੰਦਰ ਹੋਣੀ ਵੀ ਤੁਹਾਨੂੰ ਦੱਸ ਦਿੰਦੇ ਮਾੜਾ ਜਿਹਾ। ਪੰਛੀਆਂ ਦੀਆਂ ਆਵਾਜ਼ਾਂ ਸੁਣੋ ਵਧੀਆ ਲੱਗੀਆਂ, ਜਿਹੜੀਆਂ ਅੱਜ ਕੱਲ੍ਹ ਹੈ ਹੀ ਨਹੀਂ ਸਾਡੇ ਗਲੀ ਮੁਹੱਲਿਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਹੱਥੀ ਇਹਨਾਂ ਨੇ ਇਹ ਚੀਜ਼ ਸੰਭਾਲ ਕੇ ਰੱਖੀ ਹੈ। ਅਤੇ ਇਹ ਮੇਰੇ ਹਿਸਾਬ ਨਾਲ ਨਾ ਇਹ ਇੱਕ ਲੋਕਲ ਅਥੋਰਿਟੀ ਹੈ ਜਿਹਦਾ ਇਹ ਉਪਰਾਲਾ ਕੋਈ, ਅਤੇ ਵਧੀਆ ਲੱਗਦਾ। ਜ਼ਰੂਰੀ ਨਹੀਂ ਹੁੰਦਾ ਵੱਡੇ ਲੈਵਲ ਤੋਂ ਹੀ ਤੁਹਾਡੇ ਲਈ ਕੋਈ ਪ੍ਰੋਜੈਕਟ ਇਸ਼ੂ ਹੋਵੇ, ਜੋ ਤੁਸੀਂ ਵੀ ਆਪਾਂ ਆਪਣੇ ਲਈ ਕੁਛ ਕਰ ਸਕਦੇ ਹਾਂ ਯਾਰ, ਉਹ ਵੀ ਚਰਚਾ ਦਾ ਵਿਸ਼ਾ ਬਣ ਸਕਦਾ। ਹੁਣ ਦੇਖੋ ਅਸੀਂ ਕਿੱਡੀ ਦੂਰੋਂ ਆਏ ਹੋਏ, ਬਠਿੰਡੇ ਤੋਂ ਆਇਆ ਹੋਇਆ ਮੈਂ, ਅਤੇ ਇਹੋ ਜਿਹੇ ਉਪਰਾਲੇ ਲੋਕਲ ਅਥੋਰਟੀਜ਼ ਜਿਹੜੀਆਂ ਲੋਕਲ ਸੈਂਕਸ਼ਨ ਪਾਵਰਸ ਹੁੰਦੀਆਂ ਜਿਹੜੀਆਂ ਜਿਨ੍ਹਾਂ ਕੋਲ ਉਹ ਕਰ ਸਕਦੇ ਹੁੰਦੇ ਆ। ਅਤੇ ਆਪਾਂ ਉਮੀਦ ਕਰਦੇ ਹਾਂ ਵੀ ਅੱਜ ਦਾ ਸਾਨੂੰ ਜਿਹੜਾ ਸਫ਼ਰ ਆ ਸਾਡਾ ਇਸ ਸੈਂਚਰੀ ਦਾ ਤੁਹਾਨੂੰ ਪਸੰਦ ਆਊਗਾ, ਅਤੇ ਇਸੇ ਤਰ੍ਹਾਂ ਪਿਆਰ ਮੁਹੱਬਤ ਬਣਾਈ ਰੱਖੋ। ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਜੀ। ਧੰਨਵਾਦ, ਧੰਨਵਾਦ ਜੀ ਸਾਰਿਆਂ ਦਾ। ਲੱਖਾਂ ਕੋਹਾਂ ਦੂਰ ਇੱਕ ਸ਼ਹਿਰ ਸੁਪਨਿਆਂ ਦਾ, ਸਤਿੰਦਰ ਸਰਤਾਜ ਦੇ ਕਹੇ ਹੋਏ ਬੋਲ ਨੇ। ਅਤੇ ਸੁਪਨਿਆਂ ਦਾ ਸ਼ਹਿਰ ਇੱਕ ਜਿੱਥੇ ਇਨਸਾਨ ਆ ਜਿਹੜਾ ਉਹ ਉਸ ਸ਼ਹਿਰ ਦੇ ਵਿੱਚ ਇੱਕ ਰਾਜੇ ਵਾਂਗੂ ਆ, ਅਤੇ ਉਹਦੇ ਮੁਤਾਬਕ ਹੀ ਕੁਦਰਤ ਉਹਨੂੰ ਪ੍ਰੇਮ ਕਰ ਰਹੀ ਹੈ। ਉਹ ਇੱਕ ਕੁਦਰਤ ਦੀ ਗੋਦ ਦੇ ਵਿੱਚ ਬੈਠਾ ਹੋਇਆ ਆਨੰਦ ਲੈ ਰਿਹਾ, ਅਤੇ ਇਹੋ ਜਿਹਾ ਨਜ਼ਾਰਾ ਆਪਾਂ ਲੈ ਰਹੇ ਹਾਂ ਇੱਥੇ ਆ ਕੇ। ਆਹ ਦੇਖੋ ਤੁਸੀਂ, ਵੈਸੇ ਜਿਹੜੀਆਂ ਵਿਰਾਨ ਅਤੇ ਸੁੰਨੀਆਂ ਥਾਵਾਂ ਪੰਜਾਬ ਦੇ ਵਿੱਚ ਨਸ਼ੇੜੀਆਂ ਦਾ ਅੱਡਾ ਹੀ ਹੁੰਦੀਆਂ, ਅਤੇ ਪਰ ਇੱਥੇ ਗੁਰਦਾਸਪੁਰ ਵਾਲੇ ਹਲਕੇ ਦੇ ਵਿੱਚ ਨਸ਼ੇ ਵਾਲਾ ਦੌਰ ਹਜੇ ਇੰਨਾ ਮੇਰੇ ਹਿਸਾਬ ਨਾਲ ਨਹੀਂ ਹੈਗਾ, ਥੋੜ੍ਹਾ ਜਿਹਾ ਬਚਾਅ ਆ। ਅਤੇ ਹੋਰ ਪਾਸੇ ਹੁੰਦਾ ਤਾਂ ਇੱਥੇ ਨਸ਼ੇ ਵਾਲਿਆਂ ਦੀ ਮੌਜ ਲੱਗ ਜਾਣੀ ਸੀ ਉਹਨਾਂ ਨੂੰ। ਪੰਜਾਬ ਸਰਕਾਰ ਨੂੰ ਇਹਦੇ ਸੰਬੰਧ 'ਚ ਵੀ ਕੋਈ ਉਪਰਾਲਾ ਕਰਨਾ ਚਾਹੀਦਾ, ਇਹ ਦੌਰ ਆ ਜਿਹੜਾ ਇਹ ਖਤਮ ਹੋਣਾ ਬਹੁਤ ਜ਼ਰੂਰੀ ਹੈ। ਹਰ ਪੰਜਾਬੀ ਦੀ ਇਹ ਖੁਆਇਸ਼ ਆ ਵੀ ਪੰਜਾਬ ਆ ਜਿਹੜਾ ਇਹ ਤੋਂ ਮੁਕਤ ਹੋਵੇ। ਆਪਾਂ ਹੁਣ ਤੁਹਾਨੂੰ ਲੈ ਕੇ ਜਾ ਰਹੇ ਹਾਂ ਇਹ ਪਖਡੰਡੀ ਤੋਂ ਤੁਰ ਕੇ, ਆਪਾਂ ਤੁਹਾਨੂੰ ਜਿਹੜਾ ਇੱਕ ਹੋਰ ਇਹਨਾਂ ਦਾ ਟਿਕਾਣਾ ਬਣਿਆ ਹੋਇਆ ਜਿੱਥੇ ਖੜ੍ਹ ਕੇ ਆਪਾਂ ਚਾਰ ਚੁਫੇਰਾ ਦੇਖਾਂਗੇ, ਉੱਥੇ ਚੱਲਦੇ ਹਾਂ। ਅਤੇ ਵੀਰ ਥੋੜ੍ਹਾ ਪਿੱਛੇ ਆ ਅਤੇ ਦੋਨੋਂ ਭਰਾ ਆਪਣੇ ਅੱਗੇ ਲੰਘੇ ਆ, ਕਿਉਂਕਿ ਆਪਾਂ ਪਿੱਛੋਂ ਅਗਵਾਈ ਕਰ ਰਹੇ ਹਾਂ ਤਾਂ ਸੁੱਖ ਕਿਰਨ ਜੀ ਅੱਗੋਂ ਕਰ ਰਹੇ ਆ। ਲਓ ਵੀ ਹਿੰਮਤ ਹੀ ਸਾਡਾ ਵੀਰ ਜਤਿੰਦਰ, ਬੜਾ ਵੱਡਾ ਉਪਰਾਲਾ ਕੀਤਾ ਬਾਈ ਨੇ, ਉੱਤੇ ਚੜ੍ਹ ਗਿਆ ਅਤੇ ਅਸੀਂ ਵੀ ਮਿਲਾਂ ਦਾ ਕੋਸ਼ਿਸ਼ ਕਰੀਏ ਇੱਕ, ਦੇਖੀਏ ਚੜ੍ਹ ਕੇ ਫਿਰ। ਉਹ ਬੱਲੇ ਬੱਲੇ ਬਾਈ, ਇਸੇ ਕਰਕੇ ਅੱਜ ਆਪਾਂ ਜੀਨ ਦੀ ਪੈਂਟ ਨਹੀਂ ਪਾਈ, ਲੋਰ ਪਾਇਆ ਹੋਇਆ। ਵਾਹ ਬਈ ਵਾਹ, ਮੈਨੂੰ ਯਾਦ ਆ ਮੈਂ ਜਦੋਂ ਸ਼੍ਰੀਨਗਰ ਦੇ ਵਿੱਚ ਸੀ ਤਾਂ ਇਹੋ ਜਿਹੀਆਂ ਥਾਵਾਂ ਉੱਥੇ ਡੱਲ ਲੇਕ ਦੇ ਉੱਤੇ ਬਣੀਆਂ ਹੋਈਆਂ ਹੈਗੀਆਂ ਬੜੀਆਂ। ਇਹ ਡੂੰਘੀ ਨਹੀਂ ਹੈਗੀ ਇੰਨੀ, ਹੈ ਨਾ, ਫੁੱਟ 2 ਫੁੱਟ ਹੀ ਹੈ ਬਸ।
ਔਰ ਦਲਦਲੀ ਇਲਾਕਾ ਨਾ ਸਾਰਾ ਇਹ। ਉਸਤਾਦ ਜੀ ਆ ਜਾਓ ਮਾੜਾ ਜਿਹਾ ਹਿੰਮਤ ਕਰਕੇ ਤੁਸੀਂ ਆ ਜਾਓ, ਆ ਜਾਓ ਲੰਘ ਆਓ। ਨਹੀਂ ਨਹੀਂ ਆਪਣਾ ਵੇਟ ਜ਼ਿਆਦਾ ਹੈਗਾ, ਫੱਟੇ ਮਜ਼ਬੂਤ ਨਹੀਂ ਗਏ, ਪਰ ਇੰਨੀ ਡੂੰਗੀ ਨਹੀਂ ਹੈਗੀ ਇਹ, ਰੌਲਾ ਤਾਂ ਗਿੱਲੇ ਕਾਹਤੋਂ ਹੋਣਾ। ਆ ਜਾਓ ਚੱਲਦੇ ਹੌਲੀ ਹੌਲੀ ਪਿੱਛੇ ਨੂੰ। ਚਲੋ ਜੀ ਚਲੋ।